ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਨੇ। ਜਿੱਥੇ ਇੱਕ ਪਾਸੇ ਬਰਗਾੜੀ ਮੋਰਚੇ ਦੇ ਆਗੂ ਬਾਦਲਾਂ ਦੇ ਖਿਲਾਫ ਖੜੇ ਹੋਏ ਨੇ, ਉੱਥੇ ਦੂਜੇ ਪਾਸੇ ਨਿਹੰਗ ਸਿੰਘ ਜਥੇਬੰਦੀਆਂ ਵੀ ਡਟ ਗਈਆਂ ਨੇ। ਦੋਵੇਂ ਧਾਰਮਿਕ ਧਿਰਾਂ ਬਾਦਲ ਰਾਜ ਸਭੇ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਕਾਰਵਾਈ ਨਾ ਕਰਨ ਕਰਕੇ ਕਾਰਵਾਈ ਕਰਨ ਦਾ ਰੋਸ ਪ੍ਰਗਟਾ ਰਹੀਆਂ ਨੇ। ਗੁਰਦਾਸਪੁਰ ਲੋਕ ਸਭਾ ਹਲਕੇ ਦੇ ਕਸਬੇ ਡੇਰਾ ਬਾਬਾ ਨਾਨਕ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਆਗੂ ਸੁਖਜਿੰਦਰ ਸਿੰਘ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਦੀਪ ਸਿੰਘ ਦੀ ਅਗਵਾਈ ਦੇ ਵਿੱਚ ਸਿੱਖਾਂ ਨੇ ਵੱਖ ਵੱਖ ਪਿੰਡਾਂ ਦੇ ਵਿੱਚ ਵੱਡਾ ਰੋਸ ਮਾਰਚ ਕੱਢਿਆ। ਮਾਰਚ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਬਾਦਲ ਤੇ ਭਾਜਪਾ ਦਾ ਪੂਰਨ ਰੂਪ ਦੇ ਵਿੱਚ ਬਾਈਕਾਟ ਕੀਤਾ ਜਾਵੇ ਤੇ ਲੋਕ ਸਭਾ ਚੋਣਾਂ ਵਿੱਚ ਇਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਹਰਾਇਆ ਜਾਵੇ। ਇਸ ਮਾਰਚ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਤੇ ਨਿਹੰਗ ਸਿੰਘਾਂ ਨੇ ਹਿੱਸਾ ਲਿਆ। ਸਿੱਖ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਹ ਕਿਸੇ ਪਾਰਟੀ ਨੂੰ ਸਮਰਥਨ ਨਹੀਂ ਦੇ ਰਹੇ, ਪਰ ਉਹਨਾਂ ਦਾ ਰੋਸ ਅਕਾਲੀ ਦਲ ਤੇ ਭਾਜਪਾ ਦੇ ਖਿਲਾਫ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਪੂਰਾ ਸਹਿਯੋਗ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਸਿੱਖ ਜਥੇਬੰਦੀਆਂ ਦੇ ਇਸ ਵਿਰੋਧ ਤੋਂ ਬਾਅਦ ਭਾਜਪਾ ਦੀ ਮੁਸੀਬਤ ਕਿੱਥੋਂ ਤੱਕ ਵੱਧਦੀ ਹੈ ਤੇ ਲੋਕ ਕਿਸ ਦੇ ਹੱਕ ਦੇ ਵਿੱਚ ਵੋਟਾਂ ਪਾ ਕੇ ਇੱਕ ਆਪਣਾ ਨਵਾਂ ਉਮੀਦਵਾਰ ਚੁਣਦੇ ਨੇ। ਲੁਧਿਆਣਾ ਵੱਲੋਂ ਸੋ ਜਥੇਬੰਦੀਆਂ ਵੱਲੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਰੋਸ ਮਾਰਚ ਕੀਤੇ ਜਾ ਰਹੇ ਨੇ। ਇਸ ਰੋਸ ਮਾਰਚ ਦਾ ਮੁੱਖ ਮਕਸਦ ਹੈ ਆਪਣੇ ਪੰਜਾਬ ਨੂੰ, ਆਪਣੀ ਕੌਮ ਨੂੰ, ਆਪਣੇ ਦੇਸ਼ ਨੂੰ ਬਾਦਲ ਦਲ ਅਤੇ ਭਾਜਪਾ ਦੀ ਕੁਰਬਤ ਤੋਂ ਬਚਾਉਣਾ। ਜਦੋਂ ਦੀ ਭਾਜਪਾ ਸਰਕਾਰ ਸੱਤਾ ਦੇ ਵਿੱਚ ਆਈ ਆ 5 ਸਾਲ ਹੋ ਗਏ ਨੇ ਔਰ ਇਸ ਤਰ੍ਹਾਂ ਕਦੇ ਨਹੀਂ ਹੋਇਆ ਅੱਜ ਤੱਕ। ਪਹਿਲੀ ਵਾਰੀ ਸੁਪਰੀਮ ਕੋਰਟ ਦੇ 4 ਜੱਜਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੇ ਹਿੰਦੁਸਤਾਨ ਦੇ ਸਾਹਮਣੇ ਦੁਹਾਈ ਦਿੱਤੀ ਕਿ ਮੋਦੀ ਸਰਕਾਰ ਨਿਆਂ ਪਾਲਿਕਾ ਦੇ ਵਿੱਚ ਦਖਲ ਅੰਦਾਜ਼ੀ ਲੋੜ ਤੋਂ ਜ਼ਿਆਦਾ ਕਰ ਰਹੀ ਹੈ ਔਰ ਲੋਕਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ, ਆਪਣੀ ਮਨ ਮਰਜ਼ੀ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਹਾਈਕੋਰਟ ਦੇ ਜਸਟਿਸ ਲੋਹੀਆ ਵਰਗਿਆਂ ਦੇ ਕਤਲ ਕਰਵਾ ਦਿੱਤੇ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਬਾਹਰ ਆ ਰਹੀਆਂ। ਨਫ਼ਰਤ ਦੀ ਰਾਜਨੀਤੀ ਸਿਖਾਈ ਜਾ ਰਹੀ ਹੈ, ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਜੀ ਐਸ ਟੀ ਨੋਟਬੰਦੀ ਦੇ ਨਾਲ ਮਹਿੰਗਾਈ ਆਪਣੀ ਚਰਮ ਸੀਮਾ 'ਤੇ ਪਹੁੰਚ ਗਈ ਹੈ ਔਰ ਇਹ ਬਾਦਲ ਦਲ ਜਿਸ ਨੇ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਉੱਪਰ ਆਪ ਹਮਲਾ ਕਰਾਇਆ ਸੀ ਔਰ ਸਿੱਖ ਕਤਲੇਆਮ ਕਰਾਉਣ ਤੋਂ ਬਾਅਦ ਇਸ ਬਾਦਲ ਦਲ ਨੇ ਆਏ ਦੇਣ ਸਿੱਖੀ ਦਾ ਔਰ ਪੂਰੇ ਪੰਜਾਬ ਦਾ ਕਾਣ ਕੀਤਾ ਔਰ ਉਦੋਂ ਸਿਖਰ ਹੋ ਗਈ ਜਦੋਂ ਇਸ ਬਾਦਲ ਦਲ ਨੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪੜਵਾ ਕੇ ਗਲੀਆਂ ਦੇ ਵਿੱਚ ਰੋਲੇ। ਇਸ ਬਰਗਾੜੀ ਦੀ ਘਟਨਾ ਤੋਂ ਬਾਅਦ ਪੂਰੀ ਕੌਮ, ਪੂਰਾ ਸਿੱਖ ਜਗਤ ਜਿਹੜਾ ਰੋਹ ਦੇ ਵਿੱਚ ਆ ਗਿਆ ਅਤੇ ਫਿਰ ਬਹਿਬਲ ਕਲਾਂ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਸ਼ਾਂਤਮਈ ਰੋਸ ਧਰਨਾ ਦਿੱਤਾ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ, ਉਹਨਾਂ ਦੇ ਉੱਪਰ ਬਾਦਲ ਸਰਕਾਰ ਨੇ ਆਪਣੀ ਰਾਜ ਵੇਲੇ ਸਿੱਧੀਆਂ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਔਰ ਇਹ ਬਾਦਲ ਦਲ ਇੱਕ ਐਸੀ ਜਿਹੜੀ ਇਹਦੇ ਵੱਲੋਂ ਫਿਰਤ ਪਾਈ ਗਈ ਹੈ ਕਿ ਪੂਰੇ ਹਿੰਦੁਸਤਾਨ 'ਚ ਨਹੀਂ ਪੂਰੀ ਦੁਨੀਆ ਦੇ ਵਿੱਚ ਇੱਕ ਇਹੋ ਜਿਹਾ ਸਿਸਟਮ ਬਾਦਲ ਨੇ ਅਪਣਾਇਆ ਹੈ ਕਿ ਜਿਨ੍ਹਾਂ ਦੀਆਂ ਵੋਟਾਂ ਲੈਂਦਾ ਹੈ, ਜਿਨ੍ਹਾਂ ਦੀਆਂ ਗੋਲਕਾਂ ਲੁੱਟਦਾ ਹੈ, ਜਿਨ੍ਹਾਂ ਦੇ ਪੈਸੇ ਦੇ ਯਾਸ਼ੀ ਕਰਦਾ ਹੈ, ਜਿਨ੍ਹਾਂ ਦੇ ਸਿਰ 'ਤੇ ਰਾਜ ਭਾਗ ਕਰਦਾ ਹੈ, ਉਹਨਾਂ ਨੂੰ ਕੁਚਲਦਾ ਹੈ, ਉਹਨਾਂ ਨੂੰ ਲੁੱਟਦਾ ਹੈ, ਉਹਨਾਂ ਨੂੰ ਮਾਰਦਾ ਹੈ। ਬਾਕੀ ਇਹ ਜਿਹੜੀਆਂ ਜਥੇਬੰਦੀਆਂ ਨੇ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਆਈ ਹੈ, ਸਿੱਖ ਮਿਸ਼ਨੀ ਕਾਲਜ, ਕਲਗੀਧਰ ਸੇਵਕ ਜਥਾ, ਨਿਹੰਗ ਸਿੰਘ ਜਥੇਬੰਦੀਆਂ, ਵੱਖ ਵੱਖ ਜਥੇਬੰਦੀਆਂ ਕਾਫੀ ਆਈਆਂ ਨੇ। ਇਹਨਾਂ ਸਾਰਿਆਂ ਦਾ ਮੁੱਖ ਮਿਸ਼ਨ ਇਹ ਹੈ ਕਿ ਲੋਕਾਂ ਨੂੰ ਸੁਚੇਤ ਕੀਤਾ ਜਾਏ ਕਿ ਬਾਦਲ ਦਲ ਅਤੇ ਭਾਜਪਾ ਨੂੰ ਵੋਟਾਂ ਨਾ ਪਾਈਆਂ ਜਾਣ। ਸਾਡੇ ਕੋਲ ਇੱਕ ਤਾਕਤ ਹੈ, ਇੱਕ ਸਾਡੇ ਕੋਲ ਸਮਾਂ ਹੈ ਕਿ ਜੇ ਅਸੀਂ ਬਾਦਲ ਦਲ ਨੂੰ ਹਰਾ ਦਿੰਦੇ ਹਾਂ ਅਤੇ ਆਪਣੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਬੇਅਦਬੀ ਦਾ ਜਿਹੜਾ ਬਦਲਾ ਲੈਣ ਦੇ ਵਿੱਚ ਅਸੀਂ ਕੁਛ ਨਾ ਕੁਛ ਰੋਲ ਅਦਾ ਕਰ। ਬਾਦਲ ਦਲ ਨੂੰ ਹਰਾ ਕੇ ਜਿਤਾਓ, ਜਿੰਨੀਆਂ ਪਾਰਟੀਆਂ ਨੇ, ਬਹੁਤ ਸਾਰੀਆਂ ਪਾਰਟੀਆਂ ਨੇ ਬਾਦਲ ਦਲ ਤੋਂ ਬਿਨਾਂ, ਇਸ ਵੇਲੇ ਅਸੀਂ ਵੇਖ ਰਹੇ ਹਾਂ ਕਿ ਸਭ ਤੋਂ ਵੱਡਾ ਨੁਕਸਾਨ ਜਿਹੜਾ ਕਿਹਦੇ ਤੋਂ ਹੈ। ਜੇਕਰ ਮੋਦੀ ਅਤੇ ਬਾਦਲ ਦਲ ਦੁਬਾਰਾ ਕੇਂਦਰ ਦੇ ਵਿੱਚ ਸੱਤਾ 'ਚ ਆ ਜਾਂਦੇ ਨੇ,
ਨਾ ਕਿਸੇ ਦੀ ਧੀ ਭੈਣ ਦੀ ਇੱਜ਼ਤ ਸੁਰੱਖਿਆ ਦੀ ਗਰੰਟੀ ਹੈ, ਨਾ ਕਿਸੇ ਦੀ ਜ਼ਿੰਦਗੀ, ਨਾ ਕਿਸੇ ਦਾ ਕਾਰੋਬਾਰ। ਇਸ ਕਰਕੇ ਅਸੀਂ ਇਹ ਆਵਾਜ਼ ਦੇ ਰਹੇ ਹਾਂ ਕਿ ਬਾਦਲ ਦਲ ਅਤੇ ਭਾਜਪਾ ਤੋਂ ਜਿੰਨਾ ਬਿਨਾਂ ਜਿਹਨੂੰ ਮਰਜ਼ੀ ਜਿਤਾਓ। ਬਿਲਕੁਲ ਠੀਕ ਹੈ ਇਹ ਗੱਲ, ਸਾਡਾ ਨੁਕਸਾਨ ਹੋਇਆ, ਅਸੀਂ ਜਿਹੜਾ ਪਿਛਲਾ ਨੁਕਸਾਨ ਹੋ ਚੁੱਕਾ ਹੈ ਅਸੀਂ ਉਸ ਨੁਕਸਾਨ ਤੋਂ ਬਚਣ ਵਾਸਤੇ ਇਹ ਵੇਖ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦਾ, ਸਾਡੇ ਦੇਸ਼ ਦਾ, ਸਾਡੀ ਕੌਮ ਦਾ ਸਭ ਤੋਂ ਵੱਡਾ ਨੁਕਸਾਨ ਕਰਨ ਵਾਲਾ ਦੁਸ਼ਮਣ ਕਿਹੜਾ ਹੈ, ਔਰ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਹੈ ਜਿਹੜਾ ਨੁਕਸਾਨ ਕਰ ਸਕਦਾ ਆਉਣ ਵਾਲੇ ਸਮੇਂ 'ਚ, ਉਹਦੇ ਤੋਂ ਬਚਣ ਵਾਸਤੇ ਅਸੀਂ ਇਹ ਜਿਹੜਾ ਉਪਰਾਲਾ ਜੁਟਾ ਰਹੇ ਹਾਂ। ਜੇਕਰ ਮੋਦੀ ਅਤੇ ਬਾਦਲ ਦਲ ਹਾਰ ਜਾਂਦੇ ਨੇ ਉਸ ਤੋਂ ਬਾਅਦ ਸਾਡੀ ਪੰਜਾਬ ਵਾਸਤੇ, ਕੌਮ ਵਾਸਤੇ ਜਿਹੜੇ ਜੋ ਸਟਰਗਲ ਹੈ, ਜੋ ਸੰਘਰਸ਼ ਹੈ, ਉਹ ਜਾਰੀ ਰਹੇਗਾ। ਯੋਗ ਸਾਧ ਸੰਗਤ ਜੀ, ਸਾਡਾ ਕਿਸੇ ਪਾਰਟੀ ਨਾਲ ਕੋਈ ਤਰਕ ਨਹੀਂ, ਅਸੀਂ ਇੱਕ ਧਾਰਮਿਕ, ਨਿਰੋਲ ਧਾਰਮਿਕ ਨਿਹੰਗ ਸਿੰਘ ਹਾਂ, ਅਤੇ ਅਸੀਂ ਇਸ ਕਰਕੇ ਚਲੇ ਹਾਂ ਕਿ ਸਾਨੂੰ ਆਉਂਦੇ ਨੇ ਤੌੜੀਆਂ ਪਾਰੇ ਮਿਹਣੇ ਉਹਦੇ ਭਾਅ ਹੁੰਦੇ ਹੀ ਨਾ, ਇਹਨਾਂ ਬਾਦਲ ਦਲੀਆਂ ਨੇ ਬਹੁਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ, ਰਾਮ ਰਹੀਮ ਨੂੰ ਮਾਫ਼ੀ ਬਦੋ ਬਰੀ ਦਿੱਤੀ ਅਤੇ ਕਿਸ ਤਰ੍ਹਾਂ ਇਹਨਾਂ ਗਲੀਆਂ 'ਚ ਪਤਲੇ ਰੋੜੇ, ਇਹ ਤੋਂ ਵੱਡਾ ਹੋਰ ਜੁਲਮ ਕੀ ਹੋ ਸਕਦਾ। ਜਦੋਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਸੀ, ਗੁਰੂ ਹਰਗੋਬਿੰਦ ਸਾਹਿਬ ਨੇ ਵੈਰ ਲਿਆ, ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜੀ ਉਹ ਦਸਮ ਪਾਤਸ਼ਾਹ ਨੇ ਲਿਆ, ਹੁਣ ਇਹ ਗੁਰੂ ਗ੍ਰੰਥ ਸਾਹਿਬ ਨੇ ਕੀਤਾ, ਹੁਣ ਅਸੀਂ ਵੈਰ ਲਾਂਗੇ, ਪੇਂਡੂ ਸਿੱਖ ਜੋ ਵੀ ਤੁਸੀਂ, ਅਸੀਂ ਸਾਰੇ ਇੱਕੋ ਹੀ ਹਾਂ। ਇਸ ਕਰਕੇ ਇਹ ਬੜਾ ਜ਼ੁਲਮ ਹੋਇਆ, ਅਸੀਂ ਤਾਂ ਉਹ ਹੀ ਬੇਨਤੀ ਕਰਨ ਨਿਕਲੇ ਹਾਂ, ਸਭ ਮਤਾਈ ਕਰਦੇ ਆਉਣ ਡਏ ਹਾਂ, ਤਾਂ ਕੋਈ ਇਹਨਾਂ ਨੂੰ ਵੋਟ ਪਾਓ ਨਾ, ਇਹਨਾਂ ਨੂੰ ਇਸ ਤਰ੍ਹਾਂ ਹੀ ਮਾਰੋ, ਫਿਰ ਐਵੇਂ ਜੋ ਮਗਰ ਚਲੇ ਰਹਾਂਗੇ, ਤਾਂ ਪਹਿਲਾਂ ਇਸ ਤਰ੍ਹਾਂ ਹੀ ਇਹਨਾਂ ਦੀ ਜਾਨ ਕੱਢੋ। ਹਾਂ, ਹਲਕਾ ਡੇਰਾ ਬਾਬਾ ਨਾਨਕੀ ਕਿਉਂ ਬਠਿੰਡੇ ਕਿਉਂ ਨਹੀਂ ਗਏ? ਬਠਿੰਡੇ ਵਿੱਚ ਗਏ ਤਾਂ ਸਾਡੇ ਬੱਚੇ ਗਏ, ਅਸੀਂ ਸਾਰੇ ਥਾਈਂ, ਅਸੀਂ ਤਾਂ ਪਟਿਆਲੇ ਤੱਕ ਗਏ ਹਾਂ, ਹੁਣ ਤੁਹਾਨੂੰ ਕਿਹੜੇ ਵੇਲੇ ਮਿਲਦੇ ਰਹੀਏ, ਸਾਡੀਆਂ ਫੋਟੋਆਂ ਲਿਆਈ ਹੋਈਆਂ ਨੇ, ਅਤੇ ਆਹੋ ਇੱਥੇ ਡੇਰੇ ਬਾਬੇ ਨਾਨਕੇ ਦਾ ਤਾਂ ਇਹ ਸਾਡਾ ਹਲਕਾ ਵਾ ਨਾ, ਲਾਇਆ ਜਿਹਦੇ ਆਪਣੇ ਹਲਕੇ 'ਚ ਜ਼ਰੂਰੀ ਆ, ਬਾਕੀ ਕਿਤੇ ਜਾਇਆ ਜਾਏ ਚਾਹੇ ਨਾ ਜਾਇਆ ਜਾਏ, ਉਹ ਅੜ ਗਏ। ਕਹਿਣਾ ਕੀ ਚਾਹੁੰਦੇ? ਅਸੀਂ ਕਹਿਣਾ ਇਹੋ ਹੀ ਚਾਹੁੰਦੇ ਹਾਂ, ਲੋਕਾਂ ਦਾ ਇਹੋ ਦੱਸਣ ਦੇ, ਇਹਨਾਂ ਦੀਆਂ ਕਰਤੂਤਾਂ ਦੱਸਦੇ ਫਿਰਦੇ ਹਾਂ, ਲੋਕਾਂ ਨੂੰ ਵੈਸੇ ਹੀ ਪਤਾ ਸਾਡੇ ਦੱਸਣ ਤੋਂ ਬਗੈਰ ਵੀ, ਅਤੇ ਅਸੀਂ ਆਉਂਦੇ ਹਾਂ ਵੀ ਚਲੋ ਇਹਨਾਂ ਮੌਕਾ ਦੇ, ਇਹਨਾਂ ਨੂੰ ਵੋਟਾਂ ਨਾ ਪਾਓ, ਤਾਂ ਕਿ ਇਹ ਜਿੱਤ ਕੇ ਫਿਰ ਇਹਨਾਂ ਨੇ ਇਹੋ ਕਰਤੂਤਾਂ ਕਰਨੀਆਂ ਨੇ ਜਿਹੜੀਆਂ ਅੱਗੇ ਕੀਤੀਆਂ ਨੇ। ਇਹੋ ਹੀ ਗੱਲਾਂ ਆ ਰਿਹਾ ਭਾਈ, ਤੁਸੀਂ ਲੋਕੋ ਸਮਝੋ ਅਜੇ ਵੀ ਇਹਨਾਂ ਗੱਲਾਂ ਨੂੰ, ਅਤੇ ਇਹਨਾਂ ਦਾ ਬਾਈਕਾਟ ਰੱਖੋ, ਅਤੇ ਇਹਨਾਂ ਨੇ ਬੜਾ ਪੰਥ ਦਾ, ਵੇਖੋ ਸਾਰੀ ਦੁਨੀਆ ਅਕਾਲ ਤਖ਼ਤ ਦੇ ਅੰਡਰ ਹੈ, ਇਹਨਾਂ ਅਕਾਲ ਤਖ਼ਤ ਨੂੰ ਆਪਣੇ ਅੰਡਰ ਰੱਖੇ, ਇਹ ਵੀ ਕੋਈ ਗੱਲ ਕਰਨ ਵਾਲੀ ਹੈ? ਜਦੋਂ ਸਾਡੇ ਨਿਹੰਗ ਸਿੰਘ ਬਾਬਾ ਫੂਲਾ ਸਿੰਘ ਸੀ, ਅਤੇ ਉਹਨਾਂ ਨੇ ਮਹਾਰਾਜ ਰਣਜੀਤ ਸਿੰਘ ਨੂੰ ਵੀ ਨੇੜ ਲਿਆ, ਅਤੇ ਇਸ ਕਰਕੇ ਤੁਸੀਂ ਸਾਰਿਆਂ ਨੂੰ, ਤੁਹਾਨੂੰ ਪਤਾ ਆਪਣੇ ਬੰਦੇ ਤੁਸੀਂ, ਅਤੇ ਇਸ ਕਰਕੇ ਇਹਨਾਂ ਨੇ ਪੰਥ ਨੂੰ ਅਤੇ ਗ੍ਰੰਥ ਨੂੰ ਸਾਰਿਆਂ ਨੂੰ ਬੜਾ ਪਰੇਸ਼ਾਨ, ਅਤੇ ਕੋਈ ਇਹ ਸਰਕਾਰ ਨਹੀਂ ਕੀਤਾ। ਇਸ ਕਰਕੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਤੁਸੀਂ ਅਜੇ ਸਮਝ ਜਾਓ, ਅਤੇ ਇਹਨਾਂ ਲੋਕਾਂ ਕੋਲ ਇਹਨਾਂ ਤੋਂ ਖੜਾ ਛਡਾਓ, ਪਰ ਆਪਣੇ ਅਕਾਲ ਤਖ਼ਤ ਸਾਹਿਬ ਦਾ ਵੀ, ਅਤੇ ਸਾਰੇ ਇਹ ਇਲੈਕਸ਼ਨ ਤੱਕ ਹੀ ਰਹੇਗਾ, ਇਲੈਕਸ਼ਨ ਤੋਂ ਬਾਅਦ ਵਿਰੋਧ ਜਾਰੀ ਰਹੇਗਾ, ਵਿਰੋਧ ਜਾਰੀ ਰਹੇਗਾ ਜੀ, ਵਿਰੋਧ ਜਦੋਂ ਭਖੇਗਾ, ਕੋਈ ਪ੍ਰੋਗਰਾਮ ਲਿਖਿਆ ਵਾ, ਕੋਈ ਧਰਨਾ ਦੇਣ ਦਾ ਕੁਛ ਵੱਡਾ, ਅਸੀਂ ਸਾਰੇ ਬੀ ਕੇ ਪੀ ਦੇ ਤੁਹਾਨੂੰ ਦੱਸ ਰਹੀ ਨਾ, ਫਿਰ ਕਾਬੂ ਕਿੱਦਾਂ ਕਰਾਂਗੇ, ਅਸੀਂ ਉਹ ਸਾਰੀਆਂ ਗੱਲਾਂ ਵੀ ਤੁਹਾਨੂੰ ਦੱਸ ਸਕਦੇ, ਅਤੇ ਉਸ ਨਾਲ ਸਾਡਾ ਵਿਰੋਧ ਜਾਰੀ ਰਹੇ। ਨਿਊਜ਼ ਡੈਸਕ ਤੋਂ ਸਾਹਿਲ ਮਹਿਤਾ ਦੇ ਨਾਲ ਵਿਨੋਦ ਸੋਨੀ ਦੀ ਰਿਪੋਰਟ, ਦਿਵਿਆ ਪੰਜਾਬ ਟੀਵੀ।